स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड सिखां वाला कोटकपुरा तहसील ते फरीदकोट जिले का पिंड है। कोटकपुरे दे भी दोस्तों नेड़ रह जांदा है इह पिंड ते सड़कां जिहड़ियां कोटकपुरे तों ते फरीदकोट तों दोनों पासों तों इस पिंड दे विच आउंदियां। अज दो मझां दोस्तों बाई ने विकाऊ कीतियां ते घर दे विच इही दो पशु है। डिटेल इन्हां बारे बाई तो पुछदे हां, वीडियो नूं एंड तक देखियो। जिहड़ा पशु तुहाडे इन्हां चों पसंद आवे तसली आप करनी है, तसली करके खरीद सकदे हो। आओ वीर नाल गलबात करदे हां। ਬਈ ਸਤਿ ਸ੍ਰੀ ਅਕਾਲ। ਨਾਮ ਦੱਸੀ ਵੀਰੇ? ਨਾਮ ਮੇਰਾ ਬਈ ਕੰਦਾ ਸਿੰਘ। ਠੀਕ ਹੈ। ਪਿੰਡ ਸਿੱਖਾਂ ਵਾਲਾ। ਸਹੀ ਹੈ ਬਈ। ਕਹਿੰਦੇ ਬਈ ਵੈਸੇ ਫਿਰ ਡੇਰੀ ਤੇ ਦੁੱਧ ਪਾਉਣ ਵਾਸਤੇ ਪਸ਼ੂ ਘਰੇ ਰੱਖਦੇ? ਨਹੀਂ ਵੀਰੇ, ਮੈਂ ਤੋਕੜ ਗੱਬਨ ਲਿਆਉਣਾ ਨਾ ਤੇ ਸੂਣ ਵਾਲੀ ਵੇਚਦੀ ਜੀ। ਤੋਕੜ ਗੱਬਨ ਲਿਆ ਕੇ ਸੂਣ ਵਾਲੀ ਵੇਚ ਦਿੰਦੇ? ਠੀਕ ਹੈ। ਸੇ ਜੇ ਪਹਿਲੇ ਨੰਬਰ ਤੇ ਇਹ ਝੋਟੀ ਹੈ, ਕਿੰਨਵਾਂ ਸੂਆ ਸੁੰਦੀ ਹੈ? ਇਹ ਵੀਰੇ ਦੂਜੇ ਸੂਏ ਸੂਗੀ ਹੁਣ। ਠੀਕ ਹੈ। ਜਦੋਂ ਪਹਿਲੇ ਸੂਏ ਤੋਂ ਲਿਆਂਦੀ ਉਦੋਂ ਕਿੰਨੇ ਚਿਰ ਦੀ ਸੂਈ ਸੀ? ਇਹ ਵੀਰੇ 5 ਮਹੀਨੇ ਦੀ ਗੱਬਨ ਸੀ ਤੇ 5 ਕਿਲੋ ਦੁੱਧ ਸੀਗਾ ਦੋਵਾਂ ਟਾਈਮਾਂ ਦਾ। ਠੀਕ ਹੈ। 5 ਮਹੀਨੇ ਦੀ ਗੱਬਨ ਸੀ ਤੇ 5 ਕਿਲੋ ਹੀ ਦੁੱਧ ਉਦੋਂ ਦਿੰਦੀ ਸੀ ਦੋਨਾਂ ਟਾਈਮ? ਹਾਂਜੀ। ਮਿਲਦੀ ਲੰਬਾ ਟਾਈਮ ਰਹੀ ਫਿਰ ਉਦੋਂ ਬਾਅਦ ਚਾ ਕੇ ਕਰੇ? ਛੱਡੀ ਨੂੰ ਹੋ ਗਏ ਮੈਨੂੰ ਲਗਭਗ 2 ਮਹੀਨੇ। 2 ਮਹੀਨੇ ਹੋਏ ਛੱਡੀ? ਹਾਂ ਵੀਰੇ, ਅਸੀਂ ਵੈਸੇ ਦਿਨ ਭੁੱਲੇ, ਅਗਲੇ ਨੇ ਦੱਸਣ ਤਾਂ ਆਪ ਕੱਪਣ ਹੁਣ ਕੀ ਪਤਾ ਕਿੰਨੇ ਦਿਨ। ਸਹੀ ਹੈ। ਪਰ ਇਹ ਦਿਨ ਵੀਰੇ ਮੇਰੇ ਹਿਸਾਬ ਨਾਲ 20 ਤੋਂ 22 ਦਿਨ ਲੈ ਜੀ। 20 ਤੋਂ 22 ਦਿਨ ਲੈ ਸਕਦੀ ਹੈ, ਪਰ ਉਹਨਾਂ ਦੇ ਦੱਸਣ ਮੁਤਾਬਕ ਹੈ ਜਾਨੀ ਆਪਾਂ ਕੋਈ ਚੈੱਕ ਪਾਸ ਉਦੋਂ ਨਹੀਂ ਕਰਾਈਆਂ ਵੀ ਕਿੰਨੇ ਚਿਰ ਦੀਆਂ ਕੱਪੜੇ। ਠੀਕ ਹੈ। ਰੇਟ ਕੀ ਸੋਚਿਆ ਇਹਦਾ? ਰੇਟ ਵੀਰੇ ਹੁਣ 82000 ਰੁਪਏ ਕਰਦੇ ਆ, ਬਾਕੀ ਲਾਉਣ ਦੇ ਸਿਰ ਤੇ ਆ। ਸਹੀ ਹੈ ਦੋਸਤੋ। 82 ਡਿਮਾਂਡ ਹੈ, ਹਜੇ ਦੁੱਧ ਲਾਉਣਾ ਸ਼ੁਰੂ ਕੀਤਾ 20 22 ਦਿਨ ਬਾਈ ਦੱਸਦਾ ਵੀ ਹਜੇ ਲੈ ਜੂ। ਹਵਾਨਾ ਦੋਸਤੋ ਥਣ ਦਾ ਸਹਿਜ ਸੋਹਣਾ, ਥਣਾਂ ਦੇ ਉੱਤੇ ਨਾੜਾਂ ਵੀ ਚੰਗੀਆਂ ਤੇ ਮੱਝਾਂ ਦੀ ਕਈ ਵਾਰਾਂ ਸਮੱਸਿਆ ਇਹ ਰਹਿੰਦੀ ਵੀ ਮੌਕੇ ਤੇ ਦੁੱਧ ਲਾਉਂਦੀਆਂ। ਬਿਲਕੁਲ ਕੁੰਡਾ ਸਿੰਘ ਹੈ, ਖੋਲ ਕੇ ਤੋਰੀ ਵੀਰੇ, ਤੋੜ ਕੇ ਤੁਹਾਨੂੰ ਦਿਖਾ ਦਿੰਦੇ ਹਾਂ। ਹਵਾਨਾ ਹਜੇ ਦੋਸਤੋ ਬਣਾਇਆ ਨਹੀਂ ਗਏ ਨੇ, ਬਹੁਤਾ ਨਹੀਂ ਬਣਾਇਆ ਕਹਿ ਲਓ ਵੀ, ਵੱਟ ਜੇ ਤਾਂ ਜਿਹੜੇ ਆ ਉਹ ਕੱਢੀ ਬੈਠੀ ਆ, ਲੱਗਦਾ ਵੀ ਇੱਥੋਂ ਤੱਕ ਭਰੂਗੀ ਹਵਾਨਾ, ਪਰ ਹਜੇ ਹਵਾਨਾ ਬਹੁਤਾ ਬਣਾਇਆ ਨਹੀਂ। 82000 ਡਿਮਾਂਡ, ਰੇਟ ਸਿਰਫ ਜਿਹੜੇ ਵੀਰ ਕਮੈਂਟ ਕਰਦੇ ਹੁੰਦੇ ਆ ਵੀ ਰੇਟ ਤੋਂ ਬਿਨਾਂ ਵੀਡੀਓ ਦੇਖਣ ਦਾ ਨਹੀਂ ਫਾਇਦਾ, ਉਹਨਾਂ ਕਰਕੇ ਕਰਤਾ ਨਹੀਂ। ਇਹ ਮੱਝ ਦਾ ਰੇਟ ਇਹ ਸੋਚਿਆ ਸੀ ਵੀ ਜਦੋਂ ਪੂਰੀ ਤਿਆਰ ਹੋ ਜਾਂਦੀ ਹੈ ਉਦੋਂ ਮੌਕੇ 'ਤੇ ਰੇਟ ਜਿਹੜਾ ਉਹ ਰੱਖਿਆ ਜਾਵੇ, ਕਿਉਂਕਿ ਪਸ਼ੂ ਦੇ ਦੁੱਧ ਲਾਉਣ ਤੋਂ ਪਤਾ ਲੱਗਣਾ ਹੁੰਦਾ ਅਤੇ ਵੀਰ ਇਹ ਤੋਕੜ ਕੋ ਗੱਬਣ ਪਸ਼ੂ ਖਰੀਦਦਾ, ਤਿਆਰੀ ਵਾਲਾ ਹਵਾਨਾ ਇਹਨੂੰ ਨਹੀਂ ਆਪਦੇ ਪਸ਼ੂ ਬਿਨਾਂ ਪਤਾ ਹੁੰਦਾ। ਸੋ ਇਹ ਮੱਝ ਜਿਹੜੀ ਹਜੇ ਕੱਚੀ ਹੈ ਅਤੇ ਇੱਕ ਮੱਝ ਇੱਧਰ ਤਿਆਰ ਹੈ, ਇਹਦਾ ਸੂਆ ਕਿੰਨਵਾਂ ਹੋਊ ਬਾਈ? ਇਹ ਵੀਰੇ ਅਗਲਾ ਨੇ ਤੀਜੇ ਸੂਏ ਕਿਹਾ ਸੀ ਆਪਾਂ ਨੂੰ। ਠੀਕ ਹੈ। ਉਹਨਾਂ ਦੇ ਹਿਸਾਬ ਤੇ ਚੌਥੇ ਸੁੰਦੀ ਹੈ? ਹਾਂ, ਉਹਨਾਂ ਦੇ ਹਿਸਾਬ ਤੇ ਚੌਥੇ ਸੂਏ ਬਈ। 3 ਮਹੀਨੇ ਦੀ ਗੱਬ ਸੀ, 8 ਕਿਲੋ ਦੋ ਸੀ ਦੇ ਟਾਈਮ। ਠੀਕ ਹੈ, ਜਦੋਂ ਖਰੀਦੀ। ਠੀਕ ਹੈ। ਅੱਛਾ, ਸੀਲ ਠੰਡੀ ਮੱਝ ਆ ਬਈ। ਠੀਕ ਹੈ। ਰੇਟ ਇਹਦਾ ਹੁਣ ਕੀ ਸੋਚਿਆ? ਰੇਟ ਇਹਦਾ 85000 ਕਰਦੇ ਆ। ਕਿੰਨਾ ਚਿਰ ਲੈ ਜੂਗੀ ਇਹ ਵੀਰੇ? 12 ਤਰੀਕ ਨੂੰ ਉਹਨਾਂ ਦੇ ਮੁਤਾਬਕ ਪੂਰੇ ਦਿਨ। 12 ਤਰੀਕ ਨੂੰ? ਹਾਂਜੀ। 5-4 ਦਿਨ ਲੈਂਦੀ ਹੈ ਜੀ। ਹਾਂਜੀ। ਠੀਕ ਹੈ। ਖੋਲੀ ਦੋਸਤੋ, 12 ਤਰੀਕ ਨੂੰ ਦਿਨ ਪੂਰੇ ਹੁੰਦੇ ਆ। ਤੀਜਾ ਸੂਆ ਬਾਈ ਨੂੰ ਦੱਸਿਆ ਸੀ ਉਸ ਹਿਸਾਬ ਤੇ ਦੋਸਤੋ ਚੌਥਾ ਸੂਆ ਸੁਣਦੀ ਹੈ। ਬਾਕੀ ਮੈਂ ਸੂਆਂ ਬਾਰੇ ਹਮੇਸ਼ਾ ਜ਼ਿਕਰ ਕਰਦਾ ਹੁੰਦਾ ਵੀ ਸੂਆ ਪੁੱਛਣਾ ਇੱਕ ਫਾਰਮੈਲਿਟੀ ਹੈ, ਤੁਸੀਂ ਪਸ਼ੂ ਦੇ ਢਾਂਚਿਆਂ ਨੂੰ ਦੇਖਣਾ ਸਿੱਖੋ, ਉਹਨਾਂ ਦੇ ਮੂੰਹ ਮੱਥੇ ਤੋਂ ਪਸ਼ੂ ਦੀ ਉਮਰ ਪੜ੍ਹਨੀ ਸਿੱਖੋ। ਇਹ ਤਿਆਰੀ 'ਚ ਹੈ ਦੋਸਤੋ ਮੱਝ, ਕੱਦ ਕਾਠ ਦਰਮਿਆਨਾ ਹੀ ਹੈ, ਪਰ ਪਿੱਠ ਪੁੜੇ ਦੀ ਬਣਾਵਟ ਚੰਗੀ ਹੈ, ਪਿਛਲਾ ਇੱਕ ਥਣ ਥੋੜ੍ਹਾ ਜਿਹਾ ਦੂਜੇ ਦੇ ਮੁਕਾਬਲੇ ਲੰਬਾ ਦਿਖਾਉਂਦੀ ਹੈ। ਇਹਦੇ ਬਾਰੇ ਵੈਸੇ ਬਾਈ ਤੋਂ ਪੁੱਛ ਲਾਂਗੇ। ਉਸ ਵੇਲੇ ਥੋੜਾ ਹੈ ਨਾ ਪਾਸਾ ਚੱਕਦੀ ਹੈ, ਪਾਸਾ ਚੱਕਦੀ? ਹਾਂ ਬੇ ਮਨੂੰ ਮਾਇਆ ਥੋੜਾ ਜਿਹਾ। ਠੀਕ ਹੈ। ਦੁੱਧ ਦੁੱਧ ਸਹੀ ਹੁੰਦਾ? ਦੁੱਧ ਜਮਾ ਇੱਕੋ ਜਿਹਾ ਵੀਰੇ। ਠੀਕ ਹੈ। ਦੁੱਧ ਦੋਸਤੋ ਬਰਾਬਰ ਹੈ, ਬਿਲਕੁਲ ਜੈੱਡ ਬਲੈਕ ਦੋਸਤੋ ਮੱਝ ਹੈ, ਪੂਛ ਵੀ ਜਿਹੜੀ ਇਹਦੀ ਕਾਲੀ ਹੈ। ਹਵਾਨਾ ਜਿਹੜਾ ਇਹ ਤਿਆਰ ਕਰਨਾ ਇਹਨੇ ਸ਼ੁਰੂ ਕਰਤਾ, ਅਜੇ 5-7 ਦਿਨ ਲੈ ਜੂ। ਮਿਲਕ ਵੇਣ ਇਹਦੀ ਚੰਗੀ ਰੁਕਦੀ ਹੈ, ਅੱਗੇ ਆ ਕੇ ਜੇ ਦੇਖੀਏ। ਤੋਕੜ ਗੱਬਣ ਵੀਰ ਲਿਆਇਆ ਸੀਗਾ, 3 ਮਹੀਨਿਆਂ ਦੀ ਗੱਬਣ, ਥੱਲੇ 8 ਕਿਲੋ ਦੁੱਧ ਸੀ, ਅਤੇ ਇਹ ਮੱਝ ਦੋਸਤੋ ਜਿਹੜੀ ਝੋਟੀ ਹੈ ਇਹਦੇ ਥੱਲੇ ਦੁੱਧ 5 ਕਿਲੋ ਸੀ, ਇਹ 5 ਮਹੀਨਿਆਂ ਦੀ ਗੱਬਣ ਸੀ। ਸੋ ਦੋਨੇ ਪਸ਼ੂ ਵਿਕਾਊ ਹੈ, ਨੰਬਰ ਸਕਰੀਨ 'ਤੇ ਹੈ, ਰੇਟ ਤੁਹਾਨੂੰ ਦੱਸਤਾ। ਘਰੇਲੂ ਪਸ਼ੂ ਹੈ, ਜਿਸ ਹਿਸਾਬ 'ਤੇ ਤੁਹਾਨੂੰ ਜੱਚਦੇ ਹੈ ਉਸ ਹਿਸਾਬ 'ਤੇ ਤੁਸੀਂ ਪੈਸੇ ਲਾ ਕੇ ਦੇਖ ਲਓ ਦੋਸਤੋ, ਤੁਹਾਨੂੰ ਕਈ ਵਾਰ ਜਿਹੜਾ ਸੌਦਾ ਹੋ ਜਾਂਦਾ ਹੁੰਦਾ। ਸੋ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ।